ਨਾਨਕ ਸ਼ਹਿਰ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਬੈਟਰੀਆਂ ਅਤੇ ਹੋਰ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਬਾਰੇ ਦੁਕਾਨ ਮਾਲਿਕ ਅਨਿਲ ਕੁਮਾਰ ਸੈਣੀ ਨੇ ਦੱਸਿਆ ਕਿ ਜਦੋਂ 22 ਮਾਰਚ ਨੂੰ ਸਵੇਰੇ ਸਫਾਈ ਕਰਮੀ ਝਾੜੂ ਮਾਰਨ ਆਇਆ ਤਾਂ ਉਸਨੇ ਵੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਦੁਕਾਨ ਵਿੱਚੋਂ ਭਾਰੀ ਮਾਤਰਾ 'ਚ ਸਮਾਨ ਚੋਰੀ ਹੋ ਗਿਆ ਸੀ, ਜਿਨ੍ਹਾਂ ਦੀ ਕੀਮਤ ਕਰੀਬ 1.5 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਸੰਬੰਧੀ SHO ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਇਹ ਚੋਰੀ ਸੰਬੰਧੀ ਮਾਮਲਾ ਦਰਜ ਕਰਕੇ ਅਗੇਤੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਆਮ ਖਾਸ ਬਾਗ ਦੇ ਨਾਲ ਬੈਟਰੀਆਂ ਦੀ ਸ਼ੋਪ ਹੈ, ਅਨਿਲ ਸੈਣੀ ਨਾਂ ਦੇ ਦਰਖਾਸਤ ਦੀ, ਅਤੇ ਉੱਥੋਂ ਉਹ ਕਹਿੰਦਾ ਰਾਤੀ ਅਜੇ ਸਵੇਰੇ ਕੋਈ ਸਾਫ਼ ਸਫਾਈ ਵਾਲਾ ਬੰਦਾ ਆਇਆ ਅਤੇ ਉਹਨੇ ਦੱਸਿਆ ਕਿ ਇੱਥੇ ਸ਼ਟਰ ਖੁੱਲ੍ਹਿਆ ਹੋਇਆ, ਅਤੇ ਉਹਨੇ ਆ ਕੇ ਚੈੱਕ ਕੀਤਾ ਅਤੇ ਉਹਦੀਆਂ ਛੋਟੀਆਂ ਬੈਟਰੀਆਂ, 5-7 ਛੋਟੀ ਬੈਟਰੀਆਂ ਅਤੇ 2-3 ਵੱਡੇ ਬੈਟਰੀਆਂ ਅਤੇ ਹੋਰ ਥੋੜ੍ਹਾ ਬਹੁਤਾ ਹੋਰ ਸਮਾਨ ਹੈ ਜਿਵੇਂ ਮਗਲੈਲ ਵਗੈਰਾ, ਉਹ ਚੋਰੀ ਹੋ ਗਿਆ। ਅਤੇ ਮੈਂ ਖੁਦ ਮੌਕਾ ਦੇਖ ਕੇ ਆਇਆ ਅਤੇ ਉੱਥੇ CCTV ਕੈਮਰੇ ਨੇੜੇ ਤੇੜੇ ਵਾਲੇ ਉਹ ਵੀ ਚੈੱਕ ਕੀਤੇ ਗਏ ਆ। ਜਲਦੀ ਤੋਂ ਜਲਦੀ ਆਪਾਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉਹਦਾ ਸੂਹ ਲੈ ਕੇ ਜਿਵੇਂ ਵੀ ਕੋਈ ਕਲੂ ਮਿਲਦਾ ਉਹਦੇ ਵਿਆਹ 'ਤੇ ਦੋਸ਼ੀ ਨੂੰ ਗ੍ਰਿਫਤਾਰ ਕਰ। ਮਾਮਲਾ ਇਹ ਵੀ ਦੁਕਾਨ ਆਪਣੀ ਬੈਟਰੀਆਂ ਦੀ, ਦੁਕਾਨ 'ਤੇ ਰਾਤ ਕਿਸੇ ਨੇ ਸ਼ਟਰ ਤੋੜ ਕੇ ਚੋਰੀ ਕਰ ਲਈ ਹੈਗੀ। ਕੀ ਕੁਛ ਨੁਕਸਾਨ ਹੋ ਗਿਆ ਸੀ? ਨੁਕਸਾਨ ਛੋਟੀਆਂ ਬੜੀਆਂ ਬੈਟਰੀਆਂ ਚਲੀ ਗਈਆਂ, ਨਾਲ ਮੋਬਾਈਲ ਚਲਾ ਗਿਆ ਕਾਫੀ, ਲਗਭਗ 1.5 ਲੱਖ ਦੇ ਕਰੀਬ ਨੁਕਸਾਨ ਹੈਗਾ। ਹਾਂਜੀ, ਅਤੇ ਚੌਂਕੀਦਾਰ ਵਗੈਰਾ ਕੋਈ CPO ਆਉਂਦਾ, ਉਹਦੇ ਬਾਹਰ ਬਹਿੰਦਾ ਵੀ ਹੈ ਅਤੇ ਆ ਕੇ ਪੈਸੇ ਵੀ ਲੈ ਕੇ ਜਾਂਦਾ, ਬਾਕੀ ਉਹ ਦਿਨ 'ਚ ਦੇਖਦੇ ਹਾਂ।